ਸਕੂਲ ਹੈ ਜੀ। ਦਸੰਬਰ ਦੇ ਵਿੱਚ ਆਲੂ ਸਬਜ਼ੀ ਵਾਲੇ ਪੱਟ ਕੇ ਮੰਡੀ ਸਿੱਟੇ ਅਤੇ ਅਕਤੂਬਰ ਦੇ ਐਂਡ 'ਚ ਅਸੀਂ ਸਰੋਂ ਵਿੱਚ ਪਾਈ ਸੀ, ਇਹਦੇ 'ਚ ਸਿੱਧਾ ਹੀ ਸਪਰਿੰਕਲ ਕਰਕੇ ਮਗਰ ਪਾਣੀ ਲਾਤਾ ਸੀਗਾ। ਔਰ ਇਹ ਬੜੀ ਹੈਵੀ ਕਰੋਪ ਆ। ਇਹਦੇ ਵਿੱਚ ਹੁਣ ਅਸੀਂ ਆਹ ਲਾ ਰਹੇ ਹਾਂ, ਗਾਜਰ ਦਾ ਟ੍ਰਾਇਲ ਕਰ ਰਹੇ ਹਾਂ ਇੱਕ ਏਕੜ ਦੇ ਵਿੱਚ। ਥਰਡ ਕਰਾਪ ਸਾਈਮਲਟੇਨੀਅਸਲੀ ਅਸੀਂ ਲੈ ਰਹੇ ਹਾਂ। ਪਹਿਲਾਂ ਦੋ ਹੋ ਚੁੱਕੇ ਨੇ ਇੱਥੇ ਆਲਰੇਡੀ, ਘੀਆ ਕੱਦੂ ਅਤੇ ਪਲੱਸ ਸੀਗਾ ਸਾਡੇ ਕੋਲ ਮੱਕੀ, ਦੋ ਫਸਲਾਂ ਉਹ ਸੀ। ਆਹ ਤਿੰਨ ਫਸਲਾਂ ਬਣਨਗੀਆਂ। ਜੇ ਨਹੀਂ ਵੀ ਮੇਰੀ ਗਾਜਰ ਕਾਮਯਾਬ ਹੈ, ਵੈਸੇ ਤਾਂ ਕਾਮਯਾਬ ਹੈ ਕਿਉਂਕਿ ਨਜ਼ਰ ਆ ਰਹੀ ਹੈ ਵੀ ਬਹੁਤ ਅੱਛੀ ਚੱਲ ਰਹੀ ਆ। ਦੇਖੋ ਕਿੰਨੀ ਸੋਹਣੇ ਬਣੇ ਹੋਏ ਡੱਕ ਵਗੈਰਾ, ਔਰ ਦੂਸਰਾ ਦੇ ਦਿੱਤਾ ਬਟ ਖਿਆਲੀਆਂ 'ਚ। ਉਸ ਤੋਂ ਬਾਅਦ ਇਸ ਨੂੰ ਮਾੜਾ ਜਿਹਾ ਅਸੀਂ ਸਰੀਆ ਲੈ ਕੇ ਡਿਸਟਰਬ ਕਰਤਾ ਬੀਜ ਨੂੰ, ਫਿਰ ਇਸ ਮਗਰ ਪਾਣੀ ਲਾਤਾ। ਪਾਣੀ ਲਾਉਣ ਤੋਂ ਬਾਅਦ ਇਹ ਜਰਮੀਨੇਟ ਹੋ ਗਈ। ਆਲੂ ਅਸੀਂ ਪੱਟ ਲਿਆ ਜਦ ਫੁੱਟ ਫੁੱਟ ਸਾਈਜ਼ ਦੀ ਹੋਈ ਸੀਗੀ ਦਸੰਬਰ 'ਚ, ਉਸ ਤੋਂ ਬਾਅਦ ਇਹ ਸਾਡੀ ਲੱਗੀ ਹੋਈ ਆ। ਅਤੇ ਜਨਵਰੀ ਦੀ 20 ਤਰੀਕ ਨੂੰ ਅਸੀਂ ਇਹਦੇ 'ਚ ਆ ਜਿਹੜੇ ਡੱਕ ਆਪਾਂ ਲਾਏ ਨੇ ਗਾਜਰ ਦੇ ਸੀਡ ਵਾਸਤੇ ਉਹ ਲਾਤੇ। ਹੁਣ ਇਹ ਤਿੰਨ ਫਸਲਾਂ ਦਾ ਪਲਾਨ ਹੈ। ਜਿਵੇਂ ਕਿ ਗੰਨੇ ਦੇ ਵਿੱਚ ਅਸੀਂ ਆਲੂ ਲਾਉਂਦੇ ਹਾਂ, ਆਲੂ ਪੱਟ ਕੇ ਵਿੰਟਰ ਮੇਜ਼ ਟਰਾਂਸਪਲਾਂਟ ਕਰ ਦਿੰਦੇ ਹਾਂ, ਦੋ ਫਸਲਾਂ ਹੋਰ ਲੈਂਦੇ ਗੰਨੇ ਦੇ ਨਾਲ। ਇਸ ਤਰ੍ਹਾਂ ਇਹ ਵੀ ਤਿੰਨ ਫਸਲ ਦਾ ਪਲਾਨ ਹੈ ਇਕੱਠਾ ਸਾਈਮਲਟੇਨੀਅਸਲੀ। ਹਾਂਜੀ, ਇਹ ਜਿਹੜਾ ਪਿਆਜ਼ ਲੱਗਿਆ ਜੀ, ਐਕਸਪੋਰਟ ਵਾਸਤੇ ਲਗਵਾਇਆ ਹੈਗਾ ਮਾਰਕੀਟ ਦੇ ਰਾਹੀਂ। ਇਹਨੂੰ ਯੈਲੋ ਆਨੀਅਨ ਕਹਿੰਦੇ ਹਾਂ। ਇਹ ਅਸੀਂ ਆਪਣੀ ਟੈਕਨੋਲੋਜੀ ਨਾਲ ਲਗਾਇਆ, ਕਿਉਂਕਿ ਜਿਹੜਾ ਉਹ ਟੈਕਨੋਲੋਜੀ ਉਹਨਾਂ ਸਾਡੇ ਪਲਾਂਟਸ ਪੂਰੇ ਨਹੀਂ ਸੁਣਦੇ। ਉਹਨਾਂ ਦੇ ਹਿਸਾਬ ਨਾਲ 80,000 ਬੂਟਾ ਆਉਂਦਾ ਸੀ ਇੱਕ ਕਿੱਲੇ ਦਾ, ਅਸੀਂ ਲਿਆ ਹੈਗਾ 1,50,000 ਬੂਟਾ ਇੱਕ ਕਿੱਲੇ ਦਾ। ਚੱਕੀ ਝਾੜ ਇਹਦਾ ਇਹਦਾ ਝਾੜ ਤਕਰੀਬਨ 20 ਤੋਂ 22 ਕੁਇੰਟਲ ਕਿੱਲੇ ਦਾ ਆ ਜਾਏ। ਸੋ ਇਹਦੀ ਆਮਦਨ ਕਿੰਨੀ ਹੋਈ? ਇਹਦੀ ਆਮਦਨ ਜਿਹੜੀ ਆ, ਬਸ ਇਹਦੀ ਆਮਦਨ ਆ ਵੀ ਇਹਦੇ ਖਰਚੇ ਘੱਟ ਨੇ ਇਸ ਫਸਲਾਂ ਦੇ, ਇਹਨਾਂ ਦੇ ਕਣਕ ਅਤੇ ਝੋਨੇ ਦੇ, ਇਸੇ ਕਰਕੇ ਫਾਰਮਰ ਇਹਨੂੰ ਛੱਡ ਰਹੇ। ਇਹਦੇ ਇਹਦਾ ਜੇ ਵਿਕਰੀ ਆ 600 ਰੁਪਏ ਕੁਇੰਟਲ ਦੀ ਹੋ ਜਾਣੀ ਆ, ਤੋਂ 12,000 ਦੀ ਹੋਈ। ਆਮ ਪੇਂਡੂ ਫਾਰਮਰ ਦਾ, ਤੁਸੀਂ ਅਰਬਨ ਫਾਰਮਰ ਹੋ, ਤੁਹਾਡਾ ਅਤੇ ਉਹਨਾਂ ਦਾ ਫਰਕ ਕੀ ਆ ਅਤੇ ਉਹਨਾਂ ਨੂੰ ਕੀ ਔਕੜਾਂ ਆ ਰਹੀਆਂ, ਕੀ ਉਹਨਾਂ ਦੇ ਵੀ ਜ਼ਿੰਦਗੀ 'ਚ ਕੋਈ ਸੁਧਾਰ ਆਏਗਾ ਕਿ ਨਹੀਂ? ਗੱਲ ਇਹ ਵੀ ਸੁਧਾਰ ਤਾਂ ਜੀ ਅਖੀਰ ਨੂੰ ਅਸੀਂ ਹੋਈ ਲਿਆਉਣਾ ਹੈਗਾ ਕਲਸੀ ਸਾਹਿਬ। ਜੇ ਹੁਣ ਕੋਈ ਅਰਬਨ ਫਾਰਮਰ ਹੈਗਾ ਉਹ ਵੀ ਸਾਰੇ ਪਾਸ ਨਹੀਂ ਗਏ, ਜੇ ਕੋਈ ਰੂਰਲ ਫਾਰਮਰ ਆ ਉਹ ਸਾਰੇ ਫੇਲ ਨਹੀਂ ਹੈਗੇ। ਮੈਂ ਦੇਖਿਆ ਫਾਰਮਰ ਵੀ ਕਾਫੀ ਜ਼ੋਰ ਲਗਾ ਰਹੇ ਨੇ, ਲੇਕਿਨ ਇਹ ਜ਼ਰੂਰ ਹੈ ਕਿ ਕੁਛ ਇੱਕ ਸਾਡੇ ਵਿੱਚ ਕਮੀਆਂ ਆ ਗਈਆਂ ਨੇ ਫਾਰਮਰ ਦੇ ਤੌਰ ਦੇ ਵਿੱਚ। ਔਰ ਫਾਰਮਰ ਵੀ ਇਸ ਚੀਜ਼ ਸਮਝਦਾ ਕਿ ਅਸੀਂ ਇੱਕ ਤਾਂ ਹੱਥੀਂ ਕੰਮ ਕਰਨਾ ਛੱਡ ਚੁੱਕਿਆ, ਸਾਡਾ ਨੌਜਵਾਨ ਵਰਗ ਇਸ ਕੰਮ ਨੂੰ ਪਸੰਦ ਨਹੀਂ ਕਰ ਰਿਹਾ। ਈਵਨ ਤੁਸੀਂ ਹੈਰਾਨ ਹੋ, ਕਹੀ ਜਾਂਦਾ ਜੀ ਪਿੰਡਾਂ 'ਚ ਮਜ਼ਦੂਰਾਂ ਨੂੰ ਕੰਮ ਨਹੀਂ ਹੈਗੇ ਜਿਹੜੇ ਇੱਧਰਲੇ ਲੋਕਲ ਪੰਜਾਬ ਦੀ ਲੇਬਰ ਆ, ਔਰ ਸਾਨੂੰ ਪੰਜਾਬੀ ਕੋਈ ਲੱਭਦਾ ਹੀ ਨਹੀਂ ਗਾ ਕੰਮ ਕਰਨ ਵਾਸਤੇ, ਕਿਉਂਕਿ ਇਸ ਕਿੱਤੇ ਨੂੰ ਉਹ ਪਸੰਦ ਨਹੀਂ ਕਰਦੇ ਹੈਗੇ। ਉਹ ਆਪਣੀ ਹੱਦ ਕੁ ਸਮਝਦੇ ਨੇ ਸਾਡੇ ਖੱਤਿਆਂ ਵਿੱਚ ਆਉਣ ਵਾਸਤੇ, ਔਰ ਸਾਨੂੰ ਸਾਰਾ ਬਾਹਰਲੀ ਲੇਬਰ ਦੇ ਉੱਤੇ ਡਿਪੈਂਡ ਕਰਨਾ ਪੈਂਦਾ। ਔਰ ਤੁਸੀਂ ਹੈਰਾਨ ਹੋ ਗਏ, ਸਾਡੇ ਕੋਲ ਜਿਹੜਾ ਹੁੰਦਾ ਸੀਗਾ ਯੂਪੀ ਤੋਂ ਲੇਬਰ ਸੀਗੀ, ਇੱਕ ਨਨਕਾਊ ਮੁੰਡਾ ਹੁੰਦਾ ਛੋਟਾ ਜਿਹਾ, ਫਿਰ ਇੱਕ ਹੋਰ ਹੁੰਦਾ ਸੀ ਰਾਮ ਬਿਲਾਸ ਹੁੰਦਾ ਸੀਗਾ, ਚਾਚਾ ਹੁੰਦਾ ਸੀਗਾ, ਕੰਨੂ ਹੁੰਦਾ ਸੀ ਮੇਰਾ ਵੀ, ਉਹ ਸਾਰੇ ਬੰਦੇ ਉੱਥੇ ਜਾ ਕੇ ਇੱਥੋਂ ਦੀ ਖੇਤੀ ਸਿੱਖ ਕੇ ਆਪ ਉੱਥੇ ਖੇਤੀ ਕਰ ਰਿਹਾ, ਕੋਈ ਚੱਕੀ ਚਲਾ ਰਿਹਾ, ਕੋਈ ਟਰੈਕਟਰ ਕਿਰਾਏ 'ਤੇ ਚਲਾ ਰਿਹਾ, ਕੋਈ ਐਂ ਸਬਜ਼ੀਆਂ ਪੈਦਾ ਕਰ ਰਿਹਾ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਿਸ ਵੇਲੇ ਮੈਨੂੰ ਆਉਂਦਾ ਸੁਨੇਹਾ ਕਿ ਜੀ ਨਨਕਾਊ ਬਹੁਤ ਵਧੀਆ ਚੱਲਦਾ ਜੀ, ਫਲਾਨਾ ਜੀ ਉਹ ਬੰਦਾ ਬਹੁਤ ਸੋਹਣਾ ਚੱਲ ਰਿਹਾ ਹੈਗਾ। ਸੋ ਇਸ ਤਰ੍ਹਾਂ ਕਰਕੇ ਜਿਹਦੀ ਫਾਰਮਰ ਜਿਹੜਾ ਹੈਗਾ ਉਹਨੂੰ ਤਾਂ ਆਪ ਥੋੜ੍ਹਾ ਬਹੁਤਾ ਹਿੰਮਤ ਕਰਨੀ ਪੈਣੀ ਆ। ਅਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਆ, ਜੇ ਕੋਈ ਯੀਲਡਸ ਘੱਟ ਆਉਂਦੀਆਂ ਤਾਂ ਉਹਦਾ ਕਾਰਨ ਸਾਨੂੰ ਲੱਭਣਾ ਚਾਹੀਦਾ, ਸਾਨੂੰ ਹਰ ਮਹੀਨੇ 6 ਮਹੀਨੇ ਬਾਅਦ ਆਪਣੇ ਖਰਚੇ ਦੀ ਪੜਚੋਲ ਕਰਨੀ ਚਾਹੀਦੀ ਆ, ਔਰ ਉਹ ਸਾਨੂੰ ਰੱਖ ਕੇ ਖਰਚ ਰੱਖਣੇ ਚਾਹੀਦੇ ਨੇ। ਫਿਰ ਉਸ ਤੋਂ ਬਾਅਦ ਫਿਰ ਸਾਨੂੰ ਜਿਹੜਾ ਹੈਗਾ ਅਵੇਅਰਨੈਸ ਹੋਣੀ ਚਾਹੀਦੀ ਆ ਵੀ ਕੀ ਅਸੀਂ ਕਰਨਾ ਕੀ ਨਹੀਂ ਕਰਨਾ। ਮੇਰੇ ਹਿਸਾਬ ਦੇ ਵਿੱਚ ਰੁਪਈਆ ਜੇ ਕਮਾਉਣਾ ਸੌਖਾ ਹੈਗਾ, ਇਹਨੂੰ ਖਰਚਣ ਦੇ ਵਿੱਚ ਸਾਨੂੰ ਕਾਫੀ ਵਿਉਂਤਬੰਦੀ ਦੀ ਲੋੜ ਹੈ, ਜਿਹੜੀ ਕਿ ਫਾਰਮਰ ਕੋਲ ਹੈ ਨਹੀਂ। ਕਈ ਵਾਰ ਅਸੀਂ ਨਸ਼ਿਆਂ ਦਾ ਬਹੁਤ ਜ਼ੋਰ ਹੋ ਗਿਆ, ਇਹਦੇ 'ਚ ਤਾਂ ਕਿਸੇ ਦਾ ਕੋਈ ਕਸੂਰ ਨਹੀਂ ਹੈ। ਨਸ਼ਾ ਜੋ ਕੋਈ ਕਰਦਾ ਸਾਰਾ ਦਿਨ ਗੁੱਟ ਹੋਇਆ ਪਿਆ ਰਹੇ, ਜਾਂ ਕੋਈ ਚੀਜ਼ ਅਸੀਂ ਟਰੈਕਟਰ ਲੈਂਦੇ ਹਾਂ ਅਸੀਂ ਉਸ ਨੂੰ ਗਾਹਾਂ ਵੇਚ ਦਿੰਦੇ ਹਾਂ ਥੋੜ੍ਹੇ ਜਿਹੇ 40-50-60 ਹਜ਼ਾਰ 'ਚ ਨਵੇਂ ਟਰੈਕਟਰ ਨੂੰ, ਇਹਦੇ 'ਚ ਕਿਸੇ ਦਾ ਕੀ ਕਸੂਰ? ਅਸੀਂ ਫਾਰਮਰ ਨੂੰ ਕਹਿ ਸਕਦੇ ਨਾ ਲਵੇ ਟਰੈਕਟਰ, ਅਤੇ ਉਹ ਇਹ ਚੀਜ਼ਾਂ ਜੇ ਉਹਦੇ ਕੋਲ ਜ਼ਮੀਨ ਥੋੜ੍ਹੀ ਆ ਤਾਂ ਉਹ ਕਿਰਾਏ 'ਤੇ ਕਰਵਾ ਸਕਦਾ ਕੰਮ। ਬੜੀਆਂ ਫੈਸਿਲਿਟੀ ਹੈਗੀਆਂ, ਕੋਆਪਰੇਟਿਵ ਸੁਸਾਇਟੀਆਂ ਨੇ ਜਿਹੜੀਆਂ ਉਹ ਜਿਹੜੀਆਂ ਨੇ ਤੁਹਾਨੂੰ ਇਸ ਵੇਲੇ ਟਰੈਕਟਰ ਸਾਰੇ ਸੰਦ ਕਿਰਾਇਆਂ 'ਤੇ ਦਿੰਦੇ ਆ। ਤੁਸੀਂ ਜਾਓ ਬੀਜਣ ਵਾਲੀ ਕਣਕ ਬੀਜਣ ਵਾਲੀ ਮਸ਼ੀਨ ਆ ਲਿਆਓ, ਅਤੇ ਉਹਨਾਂ ਨੂੰ 50-20 ਰੁਪਏ ਘੰਟੇ ਦਾ ਦੇ ਕੇ, ਜਿੰਨਾ ਵੀ ਹੈਗਾ 4-6 ਘੰਟੇ ਲਾ ਕੇ, ਅਤੇ ਉਹਨਾਂ ਨੂੰ 200 ਰੁਪਇਆ ਦੇ ਕੇ, ਤਾਂ ਉਹਦਾ 8-7 ਕਿੱਲੇ ਕਣਕ ਬੀਜੀ, ਬਾਅਦ ਵਿੱਚ ਤੁਸੀਂ ਸਾਲ ਵਾਸਤੇ ਫਰੀ ਹੋ। ਬਣੇ ਸਕੋ ਤੁਸੀਂ 20-25 ਹਜ਼ਾਰ ਰੁਪਇਆ ਮਸ਼ੀਨ 'ਤੇ ਖਰਚੋ। ਸੋ ਇਹ ਜਿਹੀਆਂ ਚੀਜ਼ਾਂ ਦੀ ਲੋੜ ਹੈ ਸਾਨੂੰ, ਔਰ ਫਾਰਮਰ ਨੂੰ ਖੁਦ ਹੀ ਜਾਗਣਾ ਪਏਗਾ, ਕੋਈ ਤਾਂ ਜੇ ਜਗਾਵੇ ਤਾਂ ਇਹ ਤਾਂ ਮੇਰਾ ਖਿਆਲ ਮੁਸ਼ਕਲ ਹੈਗਾ। ਅਤੇ ਇਹੀ ਹੈ ਵੀ ਹਾਂ, ਮੈਂ ਇਹਨਾਂ ਜ਼ਰੂਰ ਕਹਿੰਦਾ ਵੀ ਗੌਰਮੈਂਟ ਨੂੰ ਵੀ ਕੋਈ ਨਾ ਕੋਈ ਜਿਹੜੇ ਹੈ ਸਾਡੀਆਂ ਆਲੂ ਨੇ ਜਾਂ ਜਿਹੜੀਆਂ ਇੰਨੇ ਮੰਦੇ ਇੰਨੇ ਘੱਟ ਰੇਟ ਜਾ ਰਹੇ ਨੇ ਕਿ ਉਹ ਹਿਉਂ ਹੀ ਨਹੀਂ ਕਰਦਾ ਦੂਜੇ ਪਾਸੇ ਜਾਣ ਨੂੰ।
ਜੇ ਉਹਨੂੰ ਚੀਜ਼ ਦੂਜੇ ਪਾਸੇ ਮਿਲੇ ਤਾਂ ਫਾਰਮਰ ਪੰਜਾਬ ਦਾ ਇੰਨਾ ਅਲਰਟ ਕਹਿ ਲਓ, ਤੇਜ਼ ਕਹਿ ਲਓ, ਇੰਨਾ ਸਮਝਦਾਰ ਕਹਿ ਲਓ, ਅਤੇ ਉਹ ਇੱਕਦਮ ਦੂਸਰੇ ਨੂੰ ਕਿਸ ਚੀਜ਼ ਨੂੰ ਅਡੋਪਟ ਕਰਨ ਨੂੰ ਚਿਰ ਨਹੀਂ ਲਾਉਂਦੇ। ਦੇਖੋ ਅਸੀਂ ਮੁਰਗੀਆਂ ਦੇ ਆਂਡੇ ਪੈਦਾ ਕਰਨ ਨੂੰ ਮੂਹਰੇ ਆਏ, ਫਿਰ ਪਿਛੜ ਗਏ। ਜੇ ਅਸੀਂ ਸ਼ਹਿਦ ਪੈਦਾ ਕਰ ਲਏ ਉਹ ਮੂਹਰੇ ਲਿਆਂਦਾ, ਜੇ ਅਸੀਂ ਦੂਸਰੇ ਨੂੰ ਕੋਈ ਬਾਗ ਲਗਾਏ ਬਗੀਚੇ ਲਿਆ ਉਹ ਅਪਰੂਟ ਹੋ ਗਏ। ਕਿਉਂਕਿ ਹੁਣ ਇੱਥੇ ਵੀ ਸਾਰੇ ਬਾਗ ਹੀ ਸੀ ਮੇਰੇ ਕੋਲ, 18 ਕਿੱਲੇ 'ਚ ਬਾਗ ਲੱਗਿਆ ਸੀਗਾ ਮੇਰੇ ਕੋਲ, ਮੁਰਗੀਖਾਨਾ ਵੀ ਸੀ, ਸਾਨੂੰ ਮਜਬੂਰੀ 'ਚ ਆ ਕੇ 82 'ਚ ਬੰਦ ਕਰਨਾ ਪਿਆ, ਹਾਲਾਂਕਿ ਸਾਰੇ ਪੰਜਾਬ 'ਚ ਚੂਚੇ ਭੇਜੇ। ਫਿਰ ਮੇਰੇ ਕੋਲ ਮੱਖੀਆਂ ਦਾ ਸੀ, ਮੱਖੀਆਂ ਦਾ ਇੰਨਾ ਸਲੰਪ ਆਇਆ ਕਿ ਮੈਂ ਇੱਕ ਛੋਟਾ ਫਾਰਮ ਹੁੰਦਾ, ਮੈਂ ਉਹ ਜਿਹੜਾ ਘਾਟਾ ਚੱਲ ਨਹੀਂ ਸਕਿਆ, ਮੈਨੂੰ ਬੰਦ ਕਰਨਾ ਪਿਆ। ਸੋ ਇਸ ਕਰਕੇ ਫਾਰਮਰ ਤਾਂ ਬਿਲਕੁਲ ਉੱਜੜ ਜਾਂਦਾ ਜਦੋਂ ਇੱਕ ਯੂਨਿਟ ਨੂੰ ਬੰਦ ਕਰੇ ਦੂਜੇ ਨੂੰ ਸ਼ੁਰੂ ਕਰਦਾ। ਉਸ ਉੱਜੜ ਤੋਂ ਬਚਾਉਣ ਦੀ ਖਾਤਰ ਸਾਨੂੰ ਜਿੰਨੇ ਮਹਿਕਮੇ ਨੇ ਖੇਤੀਬਾੜੀ ਦੇ ਨਾਲ ਸਾਡੇ ਨਾਲ ਕਨੈਕਟਡ ਨੇ, ਉਹਨਾਂ ਨੂੰ ਸਾਡੇ ਵਾਂਗੂ ਜ਼ੋਰ ਲਾਉਣਾ ਚਾਹੀਦਾ। ਮੈਂ ਤਾਂ ਇਹ ਵੀ ਕਹਾਂਗਾ ਕਿ ਉਹ ਅਜੇ ਪੂਰਾ ਜ਼ੋਰ ਦੋ ਪਾਸਿਆਂ ਦੇ ਵਿੱਚੋਂ, ਇੱਕ ਪਾਸਾ ਬਹੁਤ ਜ਼ੋਰ ਲਾ ਰਿਹਾ, ਦੂਜਾ ਪਾਸਾ ਉਹਨਾਂ ਜ਼ੋਰ ਨਹੀਂ। ਠੀਕ ਹੈਗਾ ਵੀ ਕਾਗਜ਼ਾਂ ਕਿਤਾਬਾਂ 'ਚ ਮੀਟਿੰਗਾਂ ਸਭ ਕੁਛ ਹੈ, ਲੇਕਿਨ ਐਕਚੁਅਲੀ ਆ ਕੇ ਹੁਣ ਐਕਸਪੋਰਟ ਹੀ ਕਰਨੀ ਆ। ਕੋਈ ਬੰਦਾ ਜੇ ਆ ਕੇ ਮੈਨੂੰ ਕਹਿੰਦਾ ਲੈ ਵੀ ਮੈਂ ਤੇਰੀ ਐਕਸਪੋਰਟ ਕਰਾਂ, ਤੂੰ ਬੇਫਿਕਰ ਰਹਿ, ਇੱਥੇ ਤੇਰਾ ਮਾਲ ਜਾਣਾ, ਮੈਂ ਤੇਰੇ ਨਾਲ ਹਾਂ, ਤਾਂ ਮੈਂ ਉਹਨੂੰ ਦੂਜੀ ਵਾਰ ਬੁਲਾਉਂਦਾ ਹੀ ਨਹੀਂ ਗਾ, ਪਰ ਮੈਨੂੰ 1 ਸਾਲ ਤਾਂ ਦੱਸੇ ਨਾ ਆ ਕੇ, ਉਹ ਦੱਸੂਗਾ ਤਾਂ ਜੋ ਉਹਨੂੰ ਖੁਦ ਪਤਾ ਹੋਊਗਾ। ਸੋ ਇਸ ਤਰ੍ਹਾਂ ਹੀ ਚਾਹੇ ਬੰਦਾ ਰੂਰਲ ਪੰਜਾਬ 'ਚ ਬੈਠਾ ਫਾਰਮਰ, ਪੇਂਡੂ ਏਰੀਏ 'ਚ, ਚਾਹੇ ਉਹ ਸ਼ਹਿਰੀ ਏਰੀਏ 'ਚ, ਹਰ ਬੰਦਾ ਗਾਈਡੈਂਸ ਚਾਹੁੰਦਾ ਹੈਗਾ। ਹਰ ਬੰਦੇ ਨੂੰ ਚਾਹੀਦਾ ਹੈ ਕਿ ਉਹਨੂੰ ਇਹ ਕੋਈ ਜਾਣਕਾਰੀ ਮਿਲੇ, ਔਰ ਫਾਰਮਰ ਜਿਹੜਾ ਹੈਗਾ ਚਾਹੁੰਦਾ ਕਿ ਉਹਨੂੰ ਰੇਟ ਮਿਲਣ, ਉਹ ਬੜਾ ਕੁਝ ਬੀਜਦੇ ਨੇ ਅਤੇ ਲਿਆਉਂਦੇ ਵੀ ਆ ਸਬਜ਼ੀ ਮੰਡੀਆਂ ਵੀ, ਕਰੇ ਕਿ ਆਦਮੀ ਜਦ ਇੱਕ ਚੀਜ਼ 98 ਕਿਲੋ ਤੋਂ ਲੈ ਰਹੇ ਨੇ ਔਰ ਜਾਂ ਰੁਪਈਏ ਕਿਲੋ, ਅਤੇ 5 ਰੁਪਏ ਕਿਲੋ ਨੂੰ ਉਹ ਵੇਚ ਰਹੇ ਨੇ ਜਿਹੜੇ ਵੇਚਣ ਵਾਲੇ ਨੇ ਕੰਜ਼ੂਮਰ ਨੂੰ। ਕੰਜ਼ੂਮਰ ਵੀ ਖਤਮ ਹੋ ਗਿਆ, ਪ੍ਰੋਡਿਊਸਰ ਵੀ ਖਤਮ ਹੋ ਗਿਆ, ਅਤੇ ਇਹ ਲੋਕਾਂ ਦੇ ਜਿਹੜੇ ਹੈਗੇ ਨੇ ਆਪਣੀਆਂ ਜਿਹੜੀਆਂ ਤਾਂਦਰੀਆਂ ਬਚਾਈਆਂ ਹੋਈਆਂ ਨੇ। ਸੋ ਇਹਨੂੰ ਵੀ ਚੈੱਕ ਕਰਨਾ ਚਾਹੀਦਾ, ਜੇ ਇਹੀ ਚੈੱਕ ਹੋ ਜਾਵੇ ਤਾਂ ਫਾਰਮਰ ਬਹੁਤ ਹੱਦ ਤੱਕ ਬਚ ਸਕਦਾ।